ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਚਿਵ ਡਾਕਟਰ ਰੂਪ ਸਿੰਘ ਨੇ ਅਫਗਾਨਿਸਤਾਨ ਵਿੱਚ ਇੱਕ ਸਿੱਖ ਨਰਿੰਦਰ ਸਿੰਘ ਦੇ ਐਮਪੀ ਚੁਣੇ ਜਾਣ ਤੇ ਖੁਸ਼ੀ ਜ਼ਾਹਿਰ ਕੀਤੀ। ਉਹਨਾਂ ਕਿਹਾ ਕਿ ਸਿੱਖ ਦੇ ਸੰਸਦ ਬਣਨ ਨਾਲ ਅਫਗਾਨਿਸਤਾਨ ਵਿੱਚ ਸਿੱਖਾਂ ਦੀਆਂ ਸਮੱਸਿਆਵਾਂ ਹੱਲ ਹੋਣਗੀਆਂ। ਸਿੱਖ ਜਿਹੜੇ ਨੇ ਬ੍ਰਹਿਮੰਡੀ ਸ਼ਹਿਰੀ ਨੇ, ਖਾਸ ਕਰਕੇ ਜਿਹੜਾ ਅਫਗਾਨਿਸਤਾਨ ਦਾ ਇਲਾਕਾ ਵਾ, ਇਹਦਾ ਸਿੱਖ ਧਰਮ ਦੇ ਨਾਲ, ਸਿੱਖ ਇਤਿਹਾਸ ਦੇ ਨਾਲ, ਸਿੱਖ ਵਿਚਾਰਧਾਰਾ ਦੇ ਨਾਲ ਬਹੁਤ ਡੂੰਘਾ ਸੰਬੰਧ ਆ। ਸਾਡੇ ਵਾਸਤੇ ਇਹ ਖੁਸ਼ੀ ਦੀ ਖਬਰ ਆ ਕਿ ਸਰਦਾਰ ਨਰਿੰਦਰ ਸਿੰਘ ਜਿਹੜੇ ਨੇ ਇਹ ਐਮਪੀ ਬਣੇ ਨੇ, ਲੋਅਰ ਹਾਊਸ ਤੇ ਚੁਣੇ ਗਏ ਨੇ। ਲੱਗਦਾ ਤੁਹਾਨੂੰ ਕਿ ਸਿੱਖ ਐਮਪੀ ਬਣੇ ਨੇ ਤੇ ਅਫਗਾਨਿਸਤਾਨ ਦੇ ਜਿਹੜੇ ਉੱਥੇ ਮੌਜੂਦ ਸਿੱਖ ਨੇ ਉਹਨਾਂ ਨੂੰ ਜਿਹੜੀ ਦਰਪੇਸ਼ ਮੁਸ਼ਕਲਾਂ ਉਹਨਾਂ ਵਿੱਚ ਕੁਝ ਸੁਧਾਰ ਹੋਏ? ਮੈਂ ਇਹੀ ਕਹਿਣ ਲੱਗਾ ਸੀ ਕਿ ਨਰਿੰਦਰ ਸਿੰਘ ਉਹ ਸ਼ਖਸੀਅਤ ਆ, ਸਰਦਾਰ ਅਵਤਾਰ ਸਿੰਘ ਦਾ ਸਪੁੱਤਰ ਆ, ਜਿਹਦਾ ਉਸ ਵੇਲੇ ਮਰਡਰ ਹੋ ਗਿਆ ਸੀ ਜਲਾਲਾਬਾਦ ਦੀ ਧਰਤੀ 'ਤੇ, ਜਦੋਂ ਅੱਤਵਾਦੀਆਂ ਨੇ ਬਹੁਤ ਸਾਰੇ ਨਿਰਦੋਸ਼ਾਂ ਨੂੰ ਮਾਰਤਾ ਸੀ। ਉਹਦੇ ਵਿੱਚ ਸਿੱਖ ਵੀ ਮਾਰੇ ਗਏ ਸੀ ਅਤੇ ਹਿੰਦੂ ਵੀ ਮਾਰੇ ਗਏ ਸੀ। ਸਿੱਖ ਕਿਉਂਕਿ ਮਾਈਕਰੋ ਮਿਨੋਰਟੀ ਦੇ ਵਿੱਚ ਹਾਂ, ਅਸੀਂ ਸਾਰੀ ਦੁਨੀਆ 'ਚ ਮਾਈਕਰੋ ਮਿਨੋਰਟੀ 'ਚ ਹਾਂ, ਪਰ ਉੱਥੇ ਬਹੁਤ ਥੋੜ੍ਹੀ ਗਿਣਤੀ 'ਚ ਸਿੱਖ ਰਹਿ ਗਏ ਨੇ ਅਫਗਾਨਿਸਤਾਨ ਦੇ ਹਾਲਾਤਾਂ ਕਰਕੇ। ਸਾਨੂੰ ਅੱਜ ਬੜੀ ਖੁਸ਼ੀ ਆ ਕਿ ਸਰਦਾਰ ਨਰਿੰਦਰ ਸਿੰਘ ਉੱਥੇ ਐਮਪੀ ਚੁਣੇ ਗਏ ਨੇ। ਇਹ ਜਿਹੜੇ ਆ ਐਮਪੀ ਹੋਣ ਦੇ ਨਾਤੇ ਸਿੱਖ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ, ਮਿਨੋਰਟੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਬਹੁਤ ਲਾਹੇਵੰਦ ਹੋਣਗੇ। ਮੈਂ ਸਰਦਾਰ ਨਰਿੰਦਰ ਸਿੰਘ ਨੂੰ ਅਤੇ ਅਫਗਾਨਿਸਤਾਨ ਦੇ ਜਿਹੜੇ ਸਿੱਖ ਵਾਸੀ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਦਾ। ਸਤਿਗੁਰੂ ਅੱਗੇ ਅਰਦਾਸ ਹੈ ਕਿ ਉਹਨਾਂ ਨੂੰ ਬਲ ਬਖਸ਼ੇ ਕਿ ਉਹ ਇਹਨਾਂ ਹਾਲਾਤਾਂ ਦੇ ਵਿੱਚ ਵੀ ਸਿੱਖੀ ਦੀ ਖੁਸ਼ਬੂਈ ਨੂੰ ਵੰਡਦੇ ਰਹਿਣ।